ਸੱਚ ਰੀਯਾ ਕਾਲ ਅੱਜ ਆਪਾਂ ਗੱਲ ਕਰਾਂਗੇ ਫਿਊਚਰ ਕੰਟੀਨਿਊ ਦੀ ਫਿਊਚਰ ਕੰਟੀਨਿਊ ਹੁੰਦਾ ਜਿਹਦਾ ਜਦੋਂ ਆਪਾਂ ਕੰਮ ਆਉਣ ਵਾਲੇ ਸਮੇਂ ਵਿੱਚ ਕਰ ਰਹੀਏ ਹੋਵਾਂਗੇ ਤੇ ਇਹ ਚਾ ਉਹ ਰਹੇ ਹੋਵਾਂਗੇ ਦੀ ਪਛਾਣ ਰਹੀ ਹੋਵੇਗੀ ਰਹੇ ਹੋਣਗੇ ਤੇ ਗਾਪਾ ਗੱਲ ਕਰੀਏ ਰਾਮ ਸਕੂਲ ਜਾਵੇਗਾ ਮਤਲਬ ਜਾ ਰਿਹਾ ਹੋਵੇਗਾ ਐਵੇਂ ਵੀ ਹੋ ਜਾਂਦਾ ਹੈ ਗਈ ਵਾਰੀ ਰਾਮ ਸਕੂਲ ਨਹੀਂ ਜਾਵੇਗਾ ਇਕ ਕੰਟੀਨਿਊ ਹੁੰਦੇ ਨੇ ਕੰਟੀਨਿਊ ਚ ਆਪਣਾ ਜਿਹੜੀ ਕਿਰਿਆ ਜਿਹੜਾ ਹੁੰਦਾ ਹੈ ਸੈਂਟੈਂਸ ਉਹ ਫਿਊਚਰ ਵਿੱਚ ਆਪਣਾ ਚੱਲ ਰਿਹਾ ਹੁੰਦਾ ਹੈ ਮਤਲਬ ਕਿ ਆਰਾਮ ਪਾਣੀ ਪੀ ਰਿਹਾ ਹੋਵੇਗਾ ਜਾਵੇਗਾ ਹੋਵੇਗਾ ਇਦਾਂ ਇਦਾਂ ਇਹਦੇ ਸੈਂਟੈਂਸ ਬੰਦਦੇ ਨੇ ਆਰਾਮ ਸਕੂਲ ਜਾਵੇਗਾ ਆਰਾਮ will be going to school ਇੱਥੇ ਆ ਗਿਆ ਆਰਾਮ ਲੱਗ ਗਿਆ ਇੱਥੇ will be ਲੱਗ ਗਿਆ ਮਤਲਬ ਕਿ ਆਰਾਮ will be going to school ਦਾ ਮਤਲਬ ਹੋ ਗਿਆ ਆ ਆਰਾਮ ਆ ਗਿਆ ਸਬਜੈਕਟ will be ਇੱਥੋਂ ਆ ਗਿਆ ਇਥੇ ਕੋਈ ਕਲਾ ਵੀਲ ਵੀ ਯੂਜ਼ ਕਰਦੇ ਆ ਸਿੰਗੂਲਰ ਨਾਲ ਵੀ ਪਲੂਰਲ ਨਾਲ ਵੀ ਤੇ ਵਰਬ ਦੀ ਫਰਸਟ ਫਾਰਮ ਆਈ ਐਨ ਜੀ ਤੇ ਵਰਬ ਦੀ ਫਰਸਟ ਫਾਰਮ ਗੋ ਤੇ ਇਹ ਆ ਕੇ ਆਈ ਐਨ ਜੀ ਤੇ ਆਬਜੈਕਟ ਆਪਣਾ ਸਕੂਲ ਸੀਗਾ ਰਾਮ ਵੀ ਗੋਇੰਗ ਟੂ ਸਕੂਲ ਤੇ ਆਪਾਂ ਨੈਗੇਟਿਵ ਦੀ ਗੱਲ ਕਰੀਏ ਸਬਜੈਕਟ ਵਿਲ ਪਲੱਸ ਨੋਟ ਬੀ ਇਹ ਵਿਚ ਲੱਗਦਾ ਹੁੰਦਾ ਵਿਲ ਬੀ ਦੇ ਵਿੱਚ ਲੱਗ ਜਾਂਦਾ ਹੁੰਦਾ ਨੋਟ ਤੇ ਵਰਬ ਦੀ ਫਰਸਟ ਫਾਰਮ ਤੇ ਆਈ ਐਨ ਜੀ ਪਲੱਸ ਆਬਜੈਕਟ ਤੇ ਗੱਲ ਕਰੀਏ ਐਗਜ਼ਾਮਪਲ ਦੀ ਰਾਮ ਸਕੂਲ ਨਹੀਂ ਜਾਵੇਗਾ ਰਾਮ ਵਿਲ ਨੋਟ ਬੀ ਗੋਇੰਗ ਟੂ ਸਕੂਲ ਰਾਮ ਆਪਣਾ ਸਬਜੈਕਟ ਵਿਲ ਨੋਟ ਬੀ ਆਪਣਿਆ ਆ ਗਿਆ ਸਾਰਾ ਇਕੱਠਾ ਤੇ ਗੋਇੰਗ ਚੋਂ ਆਪਾਂ ਗੋਲਾ ਤੱਕ ਵੀ ਵਰਦੀ ਫਾਰਮ ਸੀ ਆਈ ਐਨ ਜੀ ਪਲੱਸ ਆਫ दैट ਸਕੂਲ ਆ ਗਿਆ ਆਪਣਾ ਤੇ ਇੰਟੈਰੋਗੇਟਿਵ ਦੀ ਗੱਲ ਕਰੀਏ ਵਿਲ ਵਿਲ ਆ ਗਿਆ ਸਬਜੈਕਟ ਆ ਗਿਆ ਪਲੱਸ ਆਪਣਾ ਬੀ ਆ ਗਿਆ ਪਲੱਸ ਵਰਬ ਦੀ ਫਰਸਟ ਫਾਰਮ ਆਈ ਜੀ ਆਬਜੈਕਟ ਕੀ ਤੁਸੀਂ ਕੱਲ ਨੂੰ ਸਕੂਲ ਜਾ ਰਹੇ ਹੋਵੋਗੇ ਉਹਨੇ ਪੁੱਛਿਆ ਵੀ ਤੁਸੀਂ ਕੱਲ ਨੂੰ ਸਕੂਲ ਜਾ ਰਹੇ ਹੋਵੋਗੇ ਤਾਂ ਮਤਲਬ ਹੈਗਾ ਵਿਲ ਬੀ ਵਿਲ ਯੂ ਬੀ ਗੋਇੰਗ ਟੂ ਸਕੂਲ ਟੁਮਾਰੋ ਮਤਲਬ ਆਪਣਾ ਇੱਥੇ ਵਿਲ ਆ ਗਿਆ ਇੱਥੇ ਸਬਜੈਕਟ ਆ ਗਿਆ ਤੇ ਵੀ ਆ ਗਿਆ ਤੇ ਗੋਇੰਗ ਦਾ ਮਤਲਬ ਵਰਦੀ ਫਰਸਟ ਫਾਰਮ ਪਲੱਸ ਆਈ ਐਨ ਜੀ ਤੇ ਗੋਇੰਗ ਟੂ ਸਕੂਲ ਤੇ ਸਕੂਲ ਦਾ ਆਪਣਾ ਆਬਜੈਕਟ ਆ ਗਿਆ ਟੁਮਾਰੋ ਇੱਥੇ ਕੱਲ ਆਇਆ ਸੀ ਕੱਲ ਕਰਕੇ ਟੁਮਾਰੋ ਜੇ ਇੱਥੇ ਹੋਵਾਂਗੇ ਤਾਂ ਟੁਮਾਰੋ ਆਇਆ ਜੇ ਇੱਥੇ ਸੀ ਆ ਜਾਂਦਾ ਤਾਂ ਆਪਾਂ ਯੈਸਟਰਡੇ ਲਿਖ ਦਿੰਦੇ ਇਹ ਆਪਾਂ ਨੇ ਟੁਮਾਰੋ ਤੇ ਯੈਸਟਰਡੇ ਦਾ ਧਿਆਨ ਰੱਖਣਾ ਹੁੰਦਾ ਹੈ ਇਕ ਕੱਲ ਵੀ ਆਪਣੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਕੱਲ ਤਾਂ ਆਉਣ ਵਾਲਾ ਕੱਲ ਹੁੰਦਾ ਇੱਕ ਕੱਲ ਉਹ ਹੁੰਦਾ ਜਿਹੜਾ ਚਲਾ ਗਿਆ ਇਸ ਲਈ ਅੱਪ ਮੈਂ ਤੁਹਾਨੂੰ ਸਮਝਾਇਆ ਸੀਗਾ ਤੇ ਇਨਟੈਰੋਗੇਟਿਵ ਤੇ 네ਗੇਟਿਵ ਦੀ ਗੱਲ ਕਰੀਏ will ਸਬਜੈਕਟ not be verb ਦੀ ਫਰਸਟ ਫਾਰਮ ing ਆਬਜੈਕਟ ਇਹ ਦੂਸੀ ਗੱਲ ਨੂੰ ਸਕੂਲ ਜਾ ਨਹੀਂ ਰਹੇ ਹੋ ਜਾਵੋਗੇ ਮਤਲਬ ਕਿ ਤੁਸੀਂ ਕੱਲ ਨੂੰ ਸਕੂਲ ਨਹੀਂ ਜਾਵੋਗੇ will you not be going to school ਤੁਮਾਰੋ ਵਿੱਲੇ ਲਗਾ ਕੇ you not be you ਮਤਲਬ ਆਪਣਾ ਸਬਜੈਕਟ you not be ਦਾ ਮਤਲਬ ਇੱਥੋਂ ਲੱਗਿਆ ਇਹ ਆਪਣਾ ਇਹ ਰੂਲ ਹੈ ਤੇ ਗoing ਦਾ ਮਤਲਬ ਗੋ ਆਪਣੀ ਆਪਣੀ ਵਾਏ ਆ ਗਈ ਕਿ ਕਹਿੰਦੇ ਨੇ ਵਰਬ ਤੇ i ng ਲੱਗ ਜਾਂਦਾ going to ਸਕੂਲ ਆਬਜੈਕਟ ਤੇ ਤੁਮਾਰਾ ਲੱਗ ਗਿਆ ਤੇ wh ਫੈਮਿਲੀ ਦੀ ਗੱਲ ਕਰੀਏ ਇਹ ਬਹੁਤ ਈਜ਼ੀ ਹੁੰਦੇ ਨੇ ਇਹ ਹੁੰਦੇ ਇੰਟੈਰੋਗੇਟਿਵ ਚੋ ਹੀ ਨੇ 네ਗੇਟਿਵ ਜਾਂ ਇਹ ਦੋਨਾਂ ਰਹੀ ਇਹ ਪਾਰਟ ਹੁੰਦਾ ਇਹ ਵੀ ਇਦਾਂ ਹੀ ਚੱਲਦੇ ਨੇ ਬਸ ਇੱਥੇ ਆਪਾਂ ਇੱਥੇ ਆਪਣੇ wh ਫੈਮਿਲੀ ਦੇ ਵਰਡ ਐਡ ਹੋ ਜਾਂਦੇ ਨੇ ਮਤਲਬ ਕੀ ਆਪਣਾ ਵਰਟ ਆ ਗਿਆ ਵਰਟ ਮਤਲਬ ਕੀ ਇਹ ਆਪਣਾ ਇਹ ਵਰਡ ਐਡ ਹੋ ਗਿਆ मतलब ਤੁਸੀਂ ਕੱਲ ਨੂੰ ਕੀ ਕਰ ਰਹੇ ਹੋਵੋਗੇ what will be doing tomorrow what will be you be doing tomorrow ਵੀ what ਲੱਗ ਗਿਆ will ਲੱਗ ਗਿਆ you ਲੱਗ ਗਿਆ ਸਬਜੈਕਟ ਤੇ be ਤਾਂ ਇੱਥੇ ਦੱਸੀ ਹੀ ਠੀਕ ਹੈ ਇਹਨਾਂ ਨੇ ਤੇ doing ਦਾ ਇਹ ਆਪਸ਼ਨਲ ਹੁੰਦਾ ਹੈ ਨੋਟ ਜ਼ਰੂਰੀ ਨਹੀਂ ਹੁੰਦਾ ਵੀ ਸਾਰਿਆਂ ਨਾਲ ਹੀ ਲੱਗੇ ਜੇ ਤਾਂ ਆਪਣੀ ਨੋਟ ਵਾਲੀ ਲੈਣਾ ਤਾਂ ਲੱਗ ਸਕਦਾ ਉਹਦੇ ਨਾਲ ਜੇ ਨਹੀਂ ਆ ਗਿਆ ਤਾਂ ਬਟ ਇਹ ਆਪਸ਼ਨਲ ਹੁੰਦਾ ਹੈ ਤੇ ਆਪਸ਼ਨਲ ਦਾ ਮਤਲਬ ਇਹ ਨਹੀਂ ਕਿ ਤੁਸੀਂ ਮਿਗੇ ਨੋਟ ਨਹੀਂ ਆਇਆ ਤਾਂ ਤੁਸੀਂ ਲਿਖੋ ਹੀ ਨਾ ਉਹ ਲਿਖਣਾ ਜ਼ਰੂਰੀ ਜਤੇ ਸਭ ਆਪਣਾ ਸੈਂਟੈਂਸ ਤੇ ਨਿਰਭਰ ਕਰਦਾ ਵੀ ਜਿਹੜਾ ਆਪਣਾ ਸੈਂਟੈਂਸ ਆ ਜੇ ਤਾਂ ਇੱਥੇ ਤੁਸੀਂ ਕੱਲ ਨੂੰ ਕੀ ਕਰ ਰਹੇ ਹੋਵੋਗੇ ਜੇ ਤੁਸੀਂ ਕੱਲ ਨੂੰ ਪਾਣੀ ਨਹੀਂ ਪੀਵੋਗੇ ਤੁਸੀਂ ਕੱਲ ਨੂੰ ਸੈਰ ਨਹੀਂ ਜਾਵੋਗੇ ਤਾਂ ਨੋਟ ਦਾ ਯੂਜ਼ ਇਸਤੇਮਾਲ ਹੋਊਗਾ ਇੱਥੇ ਤੇ ਕੱਲ ਸੀਗਾ ਇਸ ਕਰਕੇ ਆਪਣਾ ਟਮਾਰੋ ਲਾਇਆ ਇਹ ਆਪਣਾ ਇਹ ਦੇਖ ਕੇ ਲੱਗਦਾ ਹੁੰਦਾ ਕੱਲ ਦੇਖ ਕੇ ਲਗਾਣਾ ਹੁੰਦਾ ਇਹ ਆਪਣਾ complete future continuous ਮੈਂ ਤੁਹਾਨੂੰ ਕਰਾਤਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਹੈ ਉਮੀਦ ਹੈ ਤੁਹਾਨੂੰ ਸਮਝ ਆਇਆ ਹੋਣਾ ਇਹ ਬਹੁਤ ਛੋਟੀ ਜੀ ਵੀਡੀਓ ਬਣਾਈ ਸੀ ਇਹਦੇ ਤੇ ਮੈਂ ਕਾ ਤੁਹਾਨੂੰ ਵਧੀਆ ਲੱਗੂਗੀ ਸ਼ਾਰਟ ਵੀਡੀਓ ਕਿਉਂਕਿ ਚੈਨਲ YouTube ਤੇ ਬਹੁਤ ਵੱਡੀਆਂ ਵੱਡੀਆਂ ਵੀਡੀਓ ਪਈਆਂ ਨੇ ਕਿਸੇ ਕੋਲ ਨਾ ਟਾਈਮ ਨੇ ਦਾ ਕਿ ਵੱਡੇ ਵੱਡੇ ਵੀਡੀਓ ਦੇਖੀ ਜਾਵੇ ਇਹ ਚ ਮੈਂ ਇੱਕ ਵਾਰ ਚੀ ਤੁਹਾਨੂੰ ਸਮਝਾ ਦੇ ਡੱਡੇ ਰੂਲ ਡੂੰਗਾ ਇਹ ਚ ਚੰਗੀ ਤਰ੍ਹਾਂ ਕਹਿੰਦੇ ਹਾਂ ਤੁਹਾਨੂੰ ਮੈਂ ਸੌਖੇ ਤੋਂ ਸੌਖੇ ਤਰੀਕੇ ਨਾਲ ਵੀ ਸਮਝਾ ਸਕਦਾ ਹਾਂ ਮੈਂ ਇੱਕ ਹੋਰ ਵੀਡੀਓ ਵੀ ਬਣਾ ਦਾਂਗਾ ਜਿੱਥੇ ਕੱਲੇ ਰੂਲ ਨਾਲ ਆਪਾਂ ਤੁਹਾਨੂੰ ਸਮਝਾ ਦਾਂਗੇ ਵੀ ਸ਼ੋਰਟ ਫਾਰਮ ਚ ਵੀ ਆਪਾਂ ਸੈਂਟੈਂਸ ਕਿਦਾਂ